ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ। ਦੋਸਤੋ, ਇੰਨੀ ਦਿਨੀ ਬੱਬਲ ਰਾਏ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ, ਜਿਸ ਦੇ ਵਿੱਚ ਉਹਨਾਂ ਨੇ ਮਾਸਟਰ ਸਲੀਮ ਨੂੰ ਕਾਫੀ ਖਰੀਆਂ ਖਰੀਆਂ ਸੁਣਾਈਆਂ, ਕਿਉਂਕਿ ਮਾਸਟਰ ਸਲੀਮ ਨੇ ਕੁਝ ਦਿਨ ਪਹਿਲਾਂ ਮਨਕੀਰਤ ਔਲਖ ਦੇ ਗੀਤ ਗੈਂਗਲੈਂਡ ਦੇ ਕਾਫੀ ਜ਼ਿਆਦਾ ਕਮੈਂਟ ਕਸੇ ਸੀ ਇੱਕ ਸਟੇਜ ਸ਼ੋਅ ਦੌਰਾਨ। ਇੱਕ ਨਾਟਕੀ ਜਿਹੇ ਸਟਾਈਲ ਦੇ ਵਿੱਚ ਗੈਂਗਲੈਂਡ ਸੌਂਗ ਨੂੰ ਗਾ ਕੇ ਕਿਹਾ ਸੀ ਕਿ ਇੱਦਾਂ ਦੇ ਗਾਉਣ ਵਾਲਿਆਂ ਨੂੰ ਤੁਸੀਂ 10-10 ਲੱਖ ਰੁਪਈਆ ਦੇ ਰਹੇ ਅਤੇ ਸਾਨੂੰ ਸੁਰੀਲਾ ਗਾਉਣ ਵਾਲਿਆਂ ਨੂੰ 5 ਲੱਖ ਦੇਣ ਤੋਂ ਵੀ ਝਿਜਕਦੇ ਰਹਿੰਦੇ ਹਾਂ। ਸੋ ਇਸੇ ਗੀਤ ਨੂੰ ਲੈ ਕੇ ਬੱਬਲ ਰਾਏ ਨੇ ਇੱਕ ਇੰਟਰਵਿਊ ਦੌਰਾਨ ਸਲੀਮ ਨੂੰ ਖਰੀਆਂ ਖਰੀਆਂ ਸੁਣਾਈਆਂ। ਸੋ ਅਸੀਂ ਉਹ ਇੰਟਰਵਿਊ ਤੁਹਾਨੂੰ ਸੁਣਾਉਣੇ ਵੀ ਹੈ ਕੁਝ ਹਿੱਸਾ ਉਸ ਇੰਟਰਵਿਊ ਦਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰ ਦਿੰਦਾ ਵੀਰੇ, ਜੇਕਰ ਤੁਸੀਂ ਆਪਣਾ ਚੈਨਲ RB ਪੰਜਾਬੀ ਫਨ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ ਜੀ। ਅਤੇ ਆ ਜਾਓ ਆਪਾਂ ਇਹ ਵੀਡੀਓ ਦੇਖਦੇ ਹਾਂ ਕਿ ਬੱਬਲ ਰਾਏ ਨੇ ਮਾਸਟਰ ਸਲੀਮ ਨੂੰ ਕੀ ਕਿਹਾ। ਗਾਇਕਾਂ ਦੇ ਬਾਰੇ ਗੱਲਬਾਤ ਕੀਤੀ ਜਾਂਦੀ, ਮਤਲਬ ਅਜਿਹਾ ਕਿਉਂ ਹੈ? ਮਤਲਬ ਆਪਾਂ ਬੜੇ ਅਖਾੜਿਆਂ 'ਚ ਦੇਖਿਆ ਕਿ ਹੈ ਨਾ, ਇੱਕ ਗਾਇਕ ਹੀ ਦੂਜੇ ਗਾਇਕ ਦੇ ਜਿਹਾ ਹਾਸਾ ਪਾ ਰਿਹਾ, ਉਹਦਾ ਮਜ਼ਾਕ ਉਡਾ ਰਿਹਾ। ਤੁਹਾਡਾ ਇਸ਼ਾਰਾ ਤਾਂ ਸਮਝ ਗਿਆ ਜੀ ਵੈਸੇ, ਬਈ ਜਿਹੜਾ ਰੀਸੈਂਟ ਜਿਹਾ ਇੱਕ ਵੀਡੀਓ ਹੋਇਆ, ਵਾਇਰਲ ਹੋਇਆ। ਦੇਖੋ ਜੀ, ਮੈਂ ਹੁਣ ਚਲੋ ਆਪਾਂ ਜੇ ਗੱਲ ਕਰਨ ਨਹੀਂ ਲੱਗਿਆ ਤਾਂ ਮੈਂ ਦੇਖਿਆ ਸਲੀਮ ਭਾਜੀ ਦਾ ਵੀਡੀਓ, ਜਿਹਦੇ ਵਿੱਚ ਉਹ ਮਨਕੀਰਤ ਬਾਰੇ ਬੋਲੀ ਜਾਂਦੇ ਆ। ਪਿਆਰੇ ਪਿਆਰੇ ਗਾਣੇ ਨੇ ਅਸੀਂ ਉਹ ਸੁਣਿਆ। ਮੈਨੂੰ ਕੋਈ ਬਾਹਲੀ ਵਧੀਆ ਗੱਲ ਲੱਗੀ ਹੈਗੀ ਹੈ ਨਾ, ਕਿਉਂਕਿ ਦੇਖੋ ਉਹਨਾਂ ਦਾ ਲੈਵਲ ਬਹੁਤ ਵੱਡਾ ਹੈ ਨਾ, ਉਹ ਬੜੇ ਸੀਨੀਅਰ ਆ ਸਾਡੇ। ਉਹਨਾਂ ਨੂੰ ਗਾਉਣਾ ਆਉਂਦਾ ਸਭ ਤੋਂ ਵੱਡੀ ਗੱਲ ਆ ਬਹੁਤ, ਹੈ ਨਾ। ਉਹ ਇੱਕ ਐਸੀ ਫੈਮਿਲੀ ਨੂੰ ਬਿਲੋਂਗ ਕਰਦੇ ਜਿਹੜੇ ਸਾਰੇ ਹੈ ਨਾ ਗਾਉਂਦੇ ਆ। ਅਤੇ ਪਰ ਇੰਨਾ ਵੱਡਾ ਬੰਦਾ ਕਿਸੇ ਆਪਣੇ ਜੂਨੀਅਰ ਨੂੰ ਜਾਂ ਕਿਸੇ ਨਵੇਂ ਆਰਟਿਸਟ ਬਾਰੇ ਕੁਛ ਚੰਗਾ ਮਾੜਾ ਬੋਲਦਾ ਤਾਂ ਮੈਨੂੰ ਲੱਗਦਾ ਕਿ ਉਹ ਆਪਣੀ ਸੋਚ ਨੂੰ ਥੱਲੇ ਸਿੱਟਣ ਵਾਲੀ ਗੱਲ ਹੀ ਆ। ਕੋਈ ਮਤਲਬ ਆਪਾਂ ਮੰਨਦੇ ਹਾਂ ਕਿ ਜੋ ਕੋਈ ਫਰਜ਼ ਕਰੋ ਵੀ ਕਿਸੇ ਨੂੰ ਕੋਈ ਐਕਟਿੰਗ ਆਉਂਦੀ ਹੈ ਜਾਂ ਕਿਸੇ ਨੂੰ ਗਾਉਣਾ ਆਉਂਦਾ, ਤਾਂ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਹਰ ਇੱਕ ਨਾਲ ਜਦੋਂ ਜਾ ਕੇ ਤੁਸੀਂ ਉਹਨੂੰ ਗਾ ਕੇ ਦਿਖਾਓ, ਹੈ ਨਾ। ਅਤੇ ਕਿੰਨੀ ਵਾਰੀ ਆਪਾਂ ਕਿੰਨੇ ਪਲੇਟਫਾਰਮਸ ਦੇ ਉੱਪਰ ਆਪਾਂ ਦੇਖਿਆ ਵਾ ਕਿ ਉਹ ਪਹਿਲਾਂ ਵੀ ਇੱਦਾਂ ਕਰ ਚੁੱਕੇ ਆ, ਤਾਂ ਉਹ ਬੜੇ ਸੀਨੀਅਰਸ ਨਾਲ ਵੀ ਉਹਨਾਂ ਨੇ ਇੱਦਾਂ ਕੀਤਾ। ਅਤੇ ਕਈ ਮੈਂ ਉਹਨਾਂ ਦੀ ਵੀਡੀਓਜ਼ ਦੇਖੀਆਂ ਵਾ, ਉਹ ਕੋਈ ਲੋਕਲ ਫੰਕਸ਼ਨ ਕੋਈ ਉਹਨਾਂ ਦੇ ਸ਼ਹਿਰ ਦੇ ਵਿੱਚ, ਉੱਥੇ ਵੀ ਲੋਕਾਂ ਨਾਲ ਕਈ ਵਾਰੀ ਬਹਿਸ ਬਸੀਆ ਕਰਦੇ ਆ। ਪਤਾ ਨਹੀਂ ਮਤਲਬ, ਪਰ ਉਹਨਾਂ ਦਾ ਆਪਣਾ ਆਪਣੀ ਥਿੰਕਿੰਗ, ਆਪਣਾ ਸੁਭਾਅ। ਪਰ ਮੈਨੂੰ ਲੱਗਦਾ ਕਿ ਵੀ ਜੇ ਵੀ ਐਜ਼ ਅ ਸੀਨੀਅਰ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਹੈਗਾ ਇੱਦਾਂ। ਨਾਲੇ ਫਿਰ ਵਿੱਚੋਂ ਪੈਸਿਆਂ ਦੀ ਗੱਲ ਕਰੀ ਜਾਂਦੇ ਆ ਵੀ ਤੁਸੀਂ ਉਹਨੂੰ 1,00,000 ਦਿੰਦੇ ਹੋ, ਅਸੀਂ 1,00,000 ਲੈਂਦੇ ਹਾਂ। ਮੈਨੂੰ ਲੱਗਦਾ ਸ਼ਾਇਦ ਰੌਲਾ ਇਹੀ ਸੀ ਗੱਲ ਦਾ ਜ਼ਿਆਦਾ। ਸੋ ਯੂ ਨੈਵਰ ਨੋ। ਪਰ ਮੈਨੂੰ ਲੱਗਦਾ ਕਿ ਕਿਸੇ ਨੂੰ ਕੋਈ ਸਲਾਹ ਦੇਣ ਨਾਲ ਲਈ ਤਾਂ ਮੈਂ ਬਹੁਤ ਛੋਟਾ ਜੀ, ਪਰ ਮੈਂ ਆਪਣਾ ਓਪੀਨੀਅਨ ਦੱਸਿਆ ਕਿ ਮੈਨੂੰ ਲੱਗਦਾ। ਦੋਸਤੋ, ਤੁਸੀਂ ਸੁਣ ਲਿਆ ਹੋਊਗਾ ਕਿ ਮਾਸਟਰ ਸਲੀਮ ਨੂੰ ਬੱਬਲ ਰਾਏ ਨੇ ਕੀ ਤੁਹਾਡੀ ਨਿਗਾਹ ਦੇ ਵਿੱਚ ਇਹਨਾਂ ਦੋਵਾਂ ਦੇ ਵਿੱਚੋਂ ਕੌਣ ਸਹੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਨੀਚੇ। ਤੁਸੀਂ ਕਿਹਦੀ ਸਪੋਰਟ ਦੇ ਵਿੱਚੋਂ? ਥੈਂਕ ਯੂ ਸੋ ਮਚ।